ਰੋਹਿਤ ਖੱਤਰੀ ਮੁਰਦਾਬਾਦ, ਮਨੀਸ਼ ਬੱਤਰਾ ਮੁਰਦਾਬਾਦ, ਜੈਡ ਐਚਲ ਕੰਪਨੀ ਮੁਰਦਾਬਾਦ। ਸਾਡੀਆਂ ਮੰਗਾਂ ਪੂਰੀਆਂ ਕਰੋ, ਸਾਡੀਆਂ ਮੰਗਾਂ ਪੂਰੀਆਂ ਕਰੋ। ਜੈਡ ਐਚ ਕੰਪਨੀ ਮੁਰਦਾਬਾਦ, ਕੰਪਨੀ ਮੁਰਦਾਬਾਦ, ਕਿਸਾ ਕੰਪਨੀ ਮੁਰਦਾਬਾਦ, ਰੋਹਿਤ ਖੱਤਰੀ ਮੁਰਦਾਬਾਦ, ਰੋਹਿਤ ਖੱਤਰੀ ਮੁਰਦਾਬਾਦ, ਮਨੀਸ਼ ਬੱਤਰਾ ਮੁਰਦਾਬਾਦ, ਲੋਟੂ ਕੰਪਨੀ ਮੁਰਦਾਬਾਦ, ਲੋਟੂ ਕੰਪਨੀ ਮੁਰਦਾਬਾਦ। ਸਰ, ਕਿਆ ਨਾਮ ਹੈ ਤੁਹਾਡਾ? ਮੇਰਾ ਨਾਂ ਜੀ EMT ਜਸਪਾਲ, ਮੈਂ ਆਪਣਾ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ। ਕਿਹੜੀ ਯੂਨੀਅਨ ਹੈ ਜੀ ਆਪਣੀ? ZHL ਕੰਪਨੀ। ਠੀਕ ਹੈ ਜੀ। ਤੁਹਾਡੀ ਯੂਨੀਅਨ ਕਿਸ ਚੀਜ਼ ਦੀ? ਐਂਬੂਲੈਂਸ ਦੀ। ਹਾਂਜੀ, 108 ਐਸੋਸੀਏਸ਼ਨ ਪੰਜਾਬ। ਠੀਕ। ਅੱਜ ਤੁਸੀਂ ਭੁੱਖ ਹੜਤਾਲ 'ਤੇ ਬੈਠੇ ਹੋ ਜੀ, ਅਤੇ ਕੰਪਨੀ ਦੇ ਵਿਰੁੱਧ ਅਤੇ ਸਰਕਾਰ ਦੇ ਰੋਸ ਵਜੋਂ, ਕੀ ਕਾਰਨ ਹੈ ਜੀ ਭੁੱਖ ਹੜਤਾਲ 'ਤੇ ਬੈਠਣ ਦਾ? ਕਾਰਨ ਇਹੀ ਹੈ ਜੀ, 2014 ਤੋਂ ਇਹ ਸਾਡਾ ਕੰਪਨੀ ਜਿਹੜੀ ਆ ਇਹ ਸ਼ੋਸ਼ਣ ਕਰਦੀ ਆ ਰਹੀ ਹੈ। ਇੰਕਰੀਮੈਂਟ ਬੰਦ ਕੀਤਾ ਹੋਇਆ ਸਾਡਾ, ਅਤੇ ਸਾਡੀ ਸੈਲਰੀ ਜਿਹੜੀ ਆ ਉਹ ਟਾਈਮ ਸਿਰ ਨਹੀਂ ਪਾ ਰਹੀ। ਅਤੇ ਕੋਈ ਵੀ ਆਪਣਾ ਇੰਪਲੋਏ ਜੋ ਆਵਾਜ਼ ਉਠਾਉਂਦਾ ਕੰਪਨੀ ਦੇ ਖਿਲਾਫ, ਅਤੇ ਉਹਨੂੰ ਇਹ ਟਰਮੀਨੇਟ ਕਰ ਦਿੰਦੀ ਆ, ਚਾਹੇ ਉਹ 5 ਸਾਲ ਤੋਂ ਆ ਚਾਹੇ 10 ਸਾਲ ਤੋਂ ਕੰਮ ਕਰ ਰਿਹਾ। ਕਦੋਂ ਦੀ ਭਰਤੀ ਹੈ ਜੀ ਤੁਹਾਡੀ? ਮੇਰੀ 2011 ਦੀ ਭਰਤੀ ਹੈ ਜੀ। ਠੀਕ ਹੈ ਜੀ। ਉਦੋਂ ਤਾਂ ਉਸ ਤੋਂ ਬਾਅਦ ਕੋਈ ਇੰਕਰੀਮੈਂਟ ਨਹੀਂ ਲੱਗਿਆ ਜੀ ਅਜੇ ਤੱਕ? ਨਹੀਂ ਜੀ, ਕੋਈ ਇੰਕਰੀਮੈਂਟ ਨਹੀਂ ਲੱਗਿਆ ਜੀ। ਜੇਕਰ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਵਕਤ ਤੁਹਾਡੀ ਮੁਲਾਜ਼ਮਾਂ ਦੀ ਤਨਖਾਹ ਕਿੰਨੀ ਕੁ ਹੈ ਜੀ? ਇਹ ਜੀ ਸਮਥਿੰਗ 10,000 ਦੇ ਕਰੀਬ ਹੈਗੀ ਹੈ ਜੀ। ਠੀਕ ਆ ਜੀ। ਕਿਸ ਤਰ੍ਹਾਂ ਵੇਖਦੇ ਹੋ ਅੱਜ ਮਹਿੰਗਾਈ ਭਰਿਆ ਜ਼ਮਾਨਾ ਹੈ, ਅਤੇ 10,000 ਰੁਪਏ ਦੇ ਨਾਲ ਘਰ ਦਾ ਗੁਜ਼ਾਰਾ ਕਿਵੇਂ ਚਲਾਉਂਦੇ ਹੋ ਜੀ ਫਿਰ ਤੁਸੀਂ? ਜੀ, ਗੁਜ਼ਾਰਾ ਬਹੁਤ ਔਖਾ ਹੈ, ਤੁਹਾਨੂੰ ਪਤਾ ਹੀ ਹੈ ਜੀ। ਪੈਟਰੋਲ ਜਿਹੜਾ ਡੀਜ਼ਲ ਆ ਉਹ ਵੀ 100 ਰੁਪਏ ਦੇ ਪਾਰ ਹੋ ਚੁੱਕਾ ਆ, ਚੱਲ ਰਿਹਾ, ਅਤੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਆ। ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਇਹ ਕੰਪਨੀ ਜਿਹੜੀ ਆ ਮੁਲਾਜ਼ਮਾਂ ਦਾ ਜਿੰਨਾ ਵੀ ਸ਼ੋਸ਼ਣ ਕਰ ਰਹੀ ਆ, ਇਹ 'ਤੇ ਕਾਰਵਾਈ ਕਰਕੇ ਅਤੇ ਸਾਨੂੰ ਸਾਡਾ ਬਣਦਾ ਹੱਕ ਜਿਹੜਾ ਉਹ ਦਵਾਇਆ ਜਾਏ। ਜਦੋਂ ਸਰਕਾਰ ਨਾਲ ਜਾਂ ਕੰਪਨੀ ਦੇ ਨਾਲ ਗੱਲਬਾਤ ਕਰਦੇ ਹੋ ਤਾਂ ਉਦੋਂ ਕੀ ਉਹਨਾਂ ਵੱਲੋਂ ਜਵਾਬ ਦਿੱਤਾ ਜਾਂਦਾ? ਉਹਨਾਂ ਵੱਲੋਂ ਕੋਈ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਕੋਈ ਉਹਨਾਂ ਵੱਲੋਂ ਕਹਿੰਦੇ ਆ ਵੀ ਅਸੀਂ ਇੰਨੇ ਚੀਜ਼ ਤੁਹਾਡੇ ਕੋਲ ਕੰਮ ਕਰਵਾਉਣਾ ਹੈ ਜੀ, ਜੇ ਕਰਨਾ ਆ ਤਾਂ ਤੁਸੀਂ ਕਰ ਸਕਦੇ, ਨਹੀਂ ਤਾਂ ਤੁਹਾਨੂੰ ਤੁਸੀਂ ਘਰ ਜਾ ਸਕਦੇ ਹੋ। ਕਦੇ ਸਰਕਾਰ ਤੱਕ ਵੀ ਪਹੁੰਚ ਕੀਤੀ ਹੈ ਜੀ? ਹਾਂਜੀ, ਬਿਲਕੁਲ ਜੀ, ਬਿਲਕੁਲ ਜੀ, ਸਰਕਾਰ ਤੱਕ ਵੀ ਪਹੁੰਚ ਹੋਈ ਆ। DC ਸਾਹਿਬ ਜਾਂ ਆਪਣੇ DMC ਸਾਹਿਬ, ਇਹਨਾਂ ਸਾਰਿਆਂ ਤੱਕ ਪਹੁੰਚ ਹੋਈ ਆ। ਪੰਜਾਬ ਲੈਵਲ 'ਤੇ ਵੀ ਪਹੁੰਚ ਸਾਰੇ ਹੋ ਚੁੱਕੀ ਆ, ਬਟ ਇਹ ਆ ਵੀ ਕੋਈ ਇਹਨਾਂ 'ਤੇ ਕਾਰਵਾਈ ਨਹੀਂ ਕਰਦਾ। ਕੀ ਨਾਮ ਜੀ? ਕੀ ਨਾਮ ਜੀ ਆਪਣਾ? ਮੇਰਾ ਨਾਮ EMT ਗੁਰਤਾਜ ਸਿੰਘ ਆ ਜੀ। ਮੈਂ 108 ਐਂਬੂਲੈਂਸ ਵਿੱਚ ਬਤੌਰ EMT 2014 ਤੋਂ ਸੇਵਾ ਨਿਭਾ ਰਿਹਾ ਹਾਂ। ਸਿੰਘ ਸਾਹਿਬ, ਤੁਸੀਂ ਦੱਸਿਆ ਕਿ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਚੱਕੀ ਸੀਗੀ ਕੰਪਨੀ ਦੇ ਸਾਹਮਣੇ, ਅਤੇ ਕੰਪਨੀ ਨੇ ਤੁਹਾਨੂੰ ਜਿਹੜਾ ਕੱਢ ਦਿੱਤਾ ਗਿਆ, ਟਰਮੀਨੇਟ ਕਰ ਦਿੱਤਾ ਗਿਆ? ਹਾਂਜੀ, 16 ਤਰੀਕ ਨੂੰ ਆ, ਪਿਛਲੀ 16 ਤਰੀਕ ਜਿਹੜੇ ਲੰਘ ਕੇ ਗਈ ਆ, ਇਹ 'ਤੇ ਆਪਾਂ ਭੁੱਖ ਹੜਤਾਲ 'ਤੇ ਬੈਠੇ ਸੀਗੇ, ਅਤੇ ਜੋ ਜਿਹੜੀ ਕੰਪਨੀ ਆ ਚਲਾਉਂਦੀ ਪਈ ਆ ZHL ਕੰਪਨੀ, ਜੋ ਇਹਦੀਆਂ ਨਾਕਾਮੀਆਂ ਹੈਗੀਆਂ ਵਾ ਉਹ ਅਸੀਂ ਜਦੋਂ ਕੈਮਰੇ ਮੂਹਰੇ ਲਿਆਂਦੀਆਂ, ਅਤੇ ਇਹ ਜਿਹੜੇ ਲੀਡ ਕਰਨ ਵਾਲੇ ਬੰਦੇ ਉਹਨਾਂ ਨੂੰ ਇਹਨਾਂ ਨੇ ਟਰਮੀਨੇਟ ਲੈਟਰ ਭੇਜਤਾ, ਜਿੱਦਾਂ ਕਿ ਮੈਨੂੰ ਟਰਮੀਨੇਟ ਇਹਨਾਂ ਨੇ ਕਰ ਦਿੱਤਾ, ਠੀਕ ਹੈ ਨਾ, ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚੋਂ। ਅਤੇ ਜਿਹੜੀ ZHL ਕੰਪਨੀ ਆ 2011 ਤੋਂ ਹੀ ਸਰਕਾਰ ਦੇ ਜਿਹੜੇ ਖਜ਼ਾਨੇ ਨੂੰ ਮੋਟਾ ਚੂਨਾ ਲਾ ਰਹੀ ਆ, ਠੀਕ ਆ ਨਾ। ਅਤੇ ਇਹ ਹੁਣ ਜਿੱਦਾਂ ਹੁਣ ਮੈਨੂੰ ਟਰਮੀਨੇਟ ਕੀਤਾ ਵਾ, ਅਤੇ ਅਨਟ੍ਰੇਨਡ ਸਟਾਫ ਜਿਹੜਾ ਵਾ ਗੱਡੀਆਂ 'ਤੇ ਚਾੜਤਾ ਵਾ, ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਹੈਗੀ, ਠੀਕ ਆ ਨਾ। ਗੱਲਬਾਤ ਰਾਹੀਂ ਦੱਸ ਵੀ ਰਹੇ ਸੀਗੇ ਕਿ ਬਾਰ੍ਹਵੀਂ ਪੜ੍ਹਿਆ ਜਿਹੜਾ ਅਨਟ੍ਰੇਨਡ ਸਟਾਫ, ਇਹਨਾਂ ਨੇ ਭਰਤੀ ਕੀਤਾ ਜਿਨ੍ਹਾਂ ਨੂੰ ਮੈਡੀਕਲ ਬਾਰੇ ਤਾਂ ਬਹੁਤ ਦੂਰ ਦੀ ਗੱਲ ਹੈ ਕਿ ਉਹਨਾਂ ਨੂੰ ਮਾਸਕ ਤੱਕ ਬਾਰੇ ਵੀ ਜਾਣਕਾਰੀ ਨਹੀਂ ਹੈ ਕਿ ਮਾਸਕ ਕਿਸ ਤਰ੍ਹਾਂ ਦੇ ਨਾਲ ਸੈੱਟ ਕਰਦਾ। ਹਾਂ, ਜੋ ਹੁਣ ਜਿਹੜਾ ਮੇਰੀ ਜਗ੍ਹਾ 'ਤੇ ਮੁੰਡਾ ਭੇਜਿਆ ਇਹਨਾਂ ਨੇ +2 ਪਾਸ ਮੁੰਡਾ ਹੈਗਾ, ਉਹਨੂੰ ਜਿਹੜਾ ਸਟਿਪ ਦੇ ਉੱਤੇ ਜਿਹੜੀ ਐਕਸਪਾਇਰੀ ਲਿਖੀ ਹੁੰਦੀ ਆ ਉਹ ਵੀ ਨਹੀਂ ਪੜ੍ਹਨੀ ਆਉਂਦੀ ਹੈਗੀ, ਅਤੇ ਉਹ ਇਹ ਸਿੱਧਾ ਸਿੱਧਾ ਜਿਹੜਾ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਵਾ। ਅਤੇ ਜਿਹੜੀ ZHL ਕੰਪਨੀਆਂ ਲੰਮੇ ਸਮੇਂ ਤੋਂ ਜਿਹੜੀ ਆ ਸਰਕਾਰ ਦੇ ਚੂੰਦੇ ਨੂੰ, ਸਰਕਾਰ ਦੇ ਖਜ਼ਾਨੇ ਨੂੰ ਨਾ ਮੋਟਾ ਚੂਨਾ ਲਗਾ ਰਹੀ ਆ, ਅਤੇ ਇਹਦੀ ਆਪਾਂ MD ਤੱਕ ਵੀ ਕਈ ਵਾਰ ਮੰਗ ਪੱਤਰ ਦਿੱਤੇ ਆ ਨੋਡਲ ਅਫਸਰ। ਦੇਖੋ ਹੁਣ ਇਹ ਸਰਕਾਰ ਦੀ ਮਿਲੀ ਭੁਗਤ ਲਾ ਲਓ ਜਾਂ ਕਿੱਦਾਂ ਲਾ ਲਓ, 2014 ਤੋਂ
ਸਾਡੀ ਸੈਲਰੀ ਵਿੱਚ ਨਾ ਕੋਈ ਇਨਕਰੀਮੈਂਟ ਨਾ ਕੋਈ ਸਾਲਾਨਾ ਵਾਧਾ ਕੁਛ ਨਹੀਂ ਕੀਤਾ ਗਿਆ। ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ, ਬਹੁਤ ਸਾਰੀਆਂ ਉਮੀਦਾਂ ਸਨ ਕਿ ਸਰਕਾਰ ਆ ਜਿਹੜੀ ਉਹ ਸਿੱਖਿਆ ਨੂੰ ਲੈ ਕੇ, ਸਿਹਤ ਨੂੰ ਲੈ ਕੇ ਵੱਡੇ ਪੱਧਰ 'ਤੇ ਜਿਹੜੀਆਂ ਦੁਹਾਈਆਂ ਦਿੰਦੀ ਸੀ, ਪਰੰਤੂ ਆਪਾਂ ਦੂਜੇ ਪਾਸੇ ਗੱਲ ਕਰੀਏ, ਤੁਸੀਂ ਅੱਜ ਵੀ ਪੇਸਦੇ ਜਾ ਰਹੇ ਹੋ ਮਹਿੰਗਾਈ ਭਰੇ ਜ਼ਮਾਨੇ ਦੇ ਵਿੱਚ, ਮਹਿਜ਼ 9500 ਰੁਪਏ 10000 ਰੁਪਏ ਤੱਕ ਤੁਹਾਡੀ ਤਨਖਾਹ ਹੈ ਜੀ। ਹਾਂਜੀ, ਬਹੁਤ ਔਖਾ ਜੀ, ਇੱਕ ਫੈਮਲੀ ਵਾਲੇ ਬੰਦੇ ਲਈ ਜਿਹੜਾ 9500 ਰੁਪਈਏ 'ਤੇ ਗੁਜ਼ਾਰਾ ਕਰਨਾ ਬਹੁਤ ਔਖਾ ਆ ਜੀ ਇਸ ਮਹਿੰਗਾਈ ਭਰੇ ਜ਼ਮਾਨੇ ਵਿੱਚ। ਠੀਕ ਆ ਜੀ, ਆਪਾਂ ਜਿਹੜਾ ਭਗਵੰਤ ਮਾਨ ਸਾਹਿਬ ਨੂੰ ਲੈ ਕੇ ਆਏ ਸੀਗੇ, ਆਪਾਂ ਆਪਣੇ ਫੈਮਿਲੀ ਦੀਆਂ ਵੀ ਸਾਰਿਆਂ ਦੀਆਂ ਮਤਲਬ ਕਿ ਉਹਨਾਂ ਨੂੰ ਕਿਹਾ ਸੀਗਾ ਇਹਨਾਂ ਨੂੰ ਲੈ ਕੇ ਆਈਏ, ਇੱਕ ਉਹਨਾਂ ਨੂੰ ਮੌਕਾ ਦਿੱਤਾ ਸੀਗਾ, ਪਰ ਹੁਣ ਤੱਕ ਇਹ ਸਰਕਾਰ ਜਿਹੜੀ ਆ ਨਾਕਾਮ ਰਹੀ ਆ ਇਹਦੇ ਵਿੱਚ। ਦੇਖੋ ਇਹ ਜਿਹੜੀ ਆ ਇਹ ਸਾਡਾ ਸ਼ੋਸ਼ਣ ਆ, ਇਹ ਸਾਡੇ ਫਿਊਚਰ ਦਾ ਅੱਗੇ ਜਿਹੜਾ ਘਾਣ ਹੋ ਰਿਹਾ ਵਾ, ਇਹ ਸਾਡੇ ਆਉਣ ਵਾਲੇ ਫਿਊਚਰ, ਸਾਡੀ ਜਿਹੜੀ ਪੰਜਾਬ ਦੀ ਜਵਾਨੀ ਆ ਉਹਦਾ ਘਾਣ ਹੋ ਰਿਹਾ। ਮੇਰਾ ਨਾਮ ਭਾਈ ਸਿਮਰਨਜੀਤ ਸਿੰਘ ਜੀ, PMT ਆ। ਇੱਕ ਸਾਲ ਪਹਿਲਾਂ ਸਟ੍ਰਾਈਕ ਕੀਤੀ ਗਈ ਸੀ ਐਂਬੂਲੈਂਸ ਵੱਲੋਂ, ਉਦੋਂ ਕਾਫੀ ਮੰਗਾਂ ਮੰਨੀਆਂ ਗਈਆਂ ਕਿ ਉਹ ਲਾਗੂ ਹੋ ਗਈ ਕਿ ਨਹੀਂ? ਨਹੀਂ ਨਹੀਂ ਭਾਅ ਜੀ, ਉਹ ਬਿਲਕੁਲ ਲਾਗੂ ਨਹੀਂ ਹੋਈਆਂ ਜੀ। ਇਹਨਾਂ ਨੇ ਬਸ ਸਟ੍ਰਾਈਕ ਤੋਂ ਉਠਾਉਣ ਵਾਸਤੇ ਸਾਨੂੰ ਇਹ ਕਹਿਤਾ ਕਿ ਤੁਹਾਡੇ 5000 ਰੁਪਈਆ ਵਿੱਚ ਵਾਧਾ ਕੀਤਾ ਜਾਏਗਾ, ਪਰ ਉਹ 5000 ਵਾਧਾ ਕੀ ਕਰਨਾ ਸੀ, ਸਾਡਾ 5000 ਇਹਨਾਂ ਨੂੰ ਸੈਲਰੀ ਵਿੱਚ ਕੱਟਤਾ ਦਿਓ, ਅਤੇ ਉਸ ਤੋਂ ਬਾਅਦ ਫਿਰ ਸਾਨੂੰ ਫਿਰ ਇਹ ਕਦਮ ਚੱਕਣਾ ਪਿਆ। ਸਿੰਘ ਸਾਹਿਬ, ਕਿਸ ਤਰ੍ਹਾਂ ਵੇਖਦੇ ਹੋ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ, ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਵਾਪਰ ਜਾਂਦਾ, ਐਂਬੂਲੈਂਸ ਵਾਲੇ ਪਹੁੰਚਦੇ ਨੇ, ਤੁਸੀਂ ਮਰੀਜ਼ਾਂ ਨੂੰ ਜਿਹੜੇ ਖੂਨ ਨਾਲ ਲੱਤ ਪੱਤ ਲਾਸ਼ਾਂ ਤੱਕ ਵੀ ਤੁਸੀਂ ਚੱਕਦੇ ਹੋ, ਪਰ ਤੁਹਾਨੂੰ ਆਪਣੇ ਹੱਕਾਂ ਲਈ ਅੱਜ ਜਿਹੜੇ ਸਰਕਾਰ ਦੇ ਜਾਂ ਕੰਪਨੀ ਦੇ ਹਾੜੇ ਕੱਢਣੇ ਪੈ ਰਹੇ ਨੇ? ਬਿਲਕੁਲ ਬਿਲਕੁਲ ਭਾਅ ਜੀ, ਜਿੱਥੇ ਵੀ ਐਕਸੀਡੈਂਟ ਹੁੰਦਾ ਪਹਿਲਾਂ ਸਾਰਿਆਂ ਨਾਲ ਪਹਿਲਾਂ 108 ਹੀ ਪਹੁੰਚਦੀ ਆ, ਕੋਈ ਹਰ ਇੱਕ ਬੰਦਾ ਕਹਿੰਦਾ ਕਿ ਪਹਿਲਾਂ 108 ਨੂੰ ਕਾਲ ਕਰੋ, ਅਤੇ ਜੇ 108 ਵਾਲਿਆਂ ਦਾ ਹੀ ਇੱਦਾਂ ਹੁੰਦਾ ਰਿਹਾ ਤਾਂ ਦੇਖੋ ਕੀ ਹੋਏਗਾ। ਕੀ ਮੰਗ ਕਰਦੇ ਹੋ ਸਰਕਾਰ? ਸਰਕਾਰ ਤੋਂ ਇਹੀ ਮੰਗ ਕਰਦੇ ਜਿਹੜਾ ਸਾਡਾ ਹੱਕ ਬਣਦਾ ਉਹ ਦਿੱਤਾ ਜਾਏ ਸਾਨੂੰ।